ਬੀਤੇ ਦਿਨੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਸੀ ਕਿ ਸ੍ਰੀ ਰਕਾਬਗੰਜ ਸਾਹਿਬ ਗੁਰਦੁਆਰਾ ਮਸੀਤ ਨੂੰ ਢਾਹ ਕੇ ਬਣਾਇਆ ਗਿਆ। ਉਹਨਾਂ ਦਾਅਵਾ ਕੀਤਾ ਕਿ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰੜੇ ਅਤੇ ਹੋਰ ਕਿਤਾਬਾਂ ਦੇ ਵਿੱਚ ਵੀ ਦਰਜ ਹੈ ਕਿ ਉਸ ਜਗ੍ਹਾ ਦੇ ਉੱਪਰ ਮਸੀਤ ਸੀ। ਇਸ ਬਿਆਨ ਮਗਰੋਂ ਵੱਡੀ ਗਿਣਤੀ ਵਿੱਚ ਸਿੱਖਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਦਾ ਅਜਿਹਾ ਬਿਆਨ ਸਿੱਖੀ ਸਿਧਾਂਤਾਂ ਦੇ ਬਿਲਕੁਲ ਵਿਰੁੱਧ ਹੈ। ਉਹਨਾਂ ਕਿਹਾ ਕਿ ਇਹ ਦਾਅਵਾ ਬੇਬੁਨਿਆਦ ਹੈ। ਉਹਨਾਂ ਕਿਹਾ ਕਿ ਉਸ ਜਗ੍ਹਾ ਤੇ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਲੱਖੀ ਸ਼ਾਹ ਵਣਜਾਰੇ ਨੇ ਉਹਨਾਂ ਦੇ ਸਰੀਰ ਨੂੰ ਉੱਥੇ ਲਿਆਂਦਾ ਅਤੇ ਘਰ ਅੰਦਰ ਰੱਖ ਕੇ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਸੀ। ਬਾਬਾ ਵਗੇਲ ਸਿੰਘ ਨੇ ਉਸ ਥਾਂ ਤੇ ਗੁਰੂ ਧਾਮ ਦੀ ਉਸਾਰੀ ਕਰਵਾਈ ਜੋ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਚੀਜ਼ ਦੇ ਸਾਰੇ ਸਬੂਤ ਉਹਨਾਂ ਕਿਹਾ ਕਿ ਸਾਡੇ ਕੋਲ ਹਨ, ਤੁਸੀਂ ਅੱਜ ਵੀ ਖੁਦਾਈ ਕਰਕੇ ਵੇਖ ਲਵੋ ਤਾਂ ਉੱਥੇ ਮਸੀਤ ਹੋਣ ਦੇ ਕੋਈ ਸਬੂਤ ਬਰਾਮਦ ਨਹੀਂ ਹੋਣਗੇ। ਇਸ ਲਈ ਕੋਈ ਮਨਘੜਤ ਗੱਲ ਕਰਕੇ ਪ੍ਰੋਪਗੈਂਡਾ ਕਰਨਾ ਬੜੀ ਘਟੀਆ ਕਿਸਮ ਦੀ ਜ਼ਹਿਨੀਅਤ ਹੈ। ਸਿਰਸਾ ਦੇ ਇਸ ਬਿਆਨ ਦੀ ਸ਼੍ਰੋਮਣੀ ਕਮੇਟੀ ਨੇ ਵੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਸਿਰਸਾ ਦਾ ਇਹ ਬਿਆਨ ਸਿੱਧ ਕਰਦਾ ਹੈ ਕਿ ਉਹ RSS ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਨੇ। ਜਿਨ੍ਹਾਂ ਦੀ ਸੋਚ ਹੀ RSS ਦੀ ਆ, ਉਹ ਤਾਂ ਸਿੱਧਾ ਸਿੱਖ ਧਰਮ 'ਚ ਦਖਲ ਦੇਣਗੇ ਹੀ, ਭਾਵੇਂ ਕਿ ਉੱਥੋਂ ਦਾ ਪ੍ਰਧਾਨ ਰਿਹਾ। ਇਹ ਉਹਨਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਜਿਹੜੀ ਇਹ ਗੱਲ ਕਰ ਰਹੇ ਨੇ। ਇਹ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਮੇਰਾ ਕਿੱਦਾਂ ਕੱਦ ਕਿੱਡਾ ਅਤੇ ਮੈਂ ਕਿਹੜੀ ਗੱਲ ਕਰ ਰਿਹਾ। ਇਹ ਤਾਂ ਉਹਨਾਂ ਦੀ ਸੋਚ ਜਿਹੜੀ ਉਹ ਸਪਸ਼ਟ ਹੁੰਦੀ ਹੈ ਕਿ ਉਹਨਾਂ ਦੀ ਸੋਚ ਕਿੱਥੋਂ ਦੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।